ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰੋਪਰਟੀਜ਼ ਆਫ ਐਨ ਆਈਡੀਅਲ ਰੈਫਰੀਜਰੈਂਟ ਕਿ ਜਿਹੜੇ ਆਈਡੀਅਲ ਰੈਫਰੀਜਰੈਂਟ ਹੋ ਸਕਦਾ ਹੈ ਉਸ ਦੀਆਂ ਪ੍ਰੋਪਰਟੀਜ਼ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਸੋ ਇਟ ਸ਼ੁੱਡ ਹੈਵ ਲੋ ਬੋਇਲਿੰਗ ਪੁਆਇੰਟ ਕਿ ਜਿਹੜਾ ਵੀ ਰੈਫਰੀਜਰੈਂਟ ਹੋਏਗਾ ਜਿਸ ਨੂੰ ਅਸੀਂ ਆਈਡੀਅਲ ਕਹਿ ਸਕਦੇ ਹਾਂ ਤਾਂ ਉਸ ਦਾ ਬੋਇਲਿੰਗ ਪੁਆਇੰਟ ਕਾਫੀ ਜ਼ਿਆਦਾ ਲੋ ਹੋਣਾ ਚਾਹੀਦਾ ਜਿਸ ਦੇ ਨਾਲ ਸਾਨੂੰ ਸਿਸਟਮ ਦੇ ਅੰਦਰ ਹਾਈ ਫਰੀਜ਼ਿੰਗ ਮਿਲ ਸਕੇ ਜੋ ਕਿ ਸਾਡੇ ਕੋਲ ਮਾਈਨਸ ਦੇ ਵਿੱਚ ਹੀ ਹੋਵੇ ਤਾਂ ਜ਼ਿਆਦਾ ਬੈਟਰ ਹੈ ਜਿੰਨਾ ਮਾਈਨਸ ਦੇ ਵਿੱਚ ਹੋਊਗਾ ਉਨਾ ਉਸਦਾ ਬੋਇਲਿੰਗ ਪੁਆਇੰਟ ਲੋ ਮੰਨਿਆ ਜਾਊਗਾ ਇਟਸ ਫਰੀਜ਼ਿੰਗ ਪੁਆਇੰਟ ਸ਼ੁੱਡ ਬੀ ਲੋਅਰ ਦੈਨ ਐਨੀ ਟੈਂਪਰੇਚਰ ਟੂ ਬੀ ਮੇਨਟੇਨਡ ਇਨ ਦਾ ਰੈਫਰੀਜਰੇਟਿੰਗ ਸਿਸਟਮ ਕਿ ਰੈਫਰੀਜਰੇਟਿੰਗ ਸਿਸਟਮ ਦੇ ਅੰਦਰ ਜਿੰਨਾ ਅਸੀਂ ਟੈਂਪਰੇਚਰ ਮੇਨਟੇਨ ਕਰਵਾਉਣਾ ਹੈ ਉਸ ਨਾਲੋਂ ਉਸਦਾ ਉਸ ਰੈਫਰੀਜਰੈਂਟ ਦਾ ਫਰੀਜ਼ਿੰਗ ਪੁਆਇੰਟ ਘੱਟ ਹੋਣਾ ਚਾਹੀਦਾ ਇਟ ਸ਼ੁੱਡ ਬੀ ਈਜ਼ੀ ਟੂ ਲਿਕੁਈਫਾਈਡ ਐਟ ਮੋਡਰੇਟ ਟੈਂਪਰੇਚਰ ਐਂਡ ਪ੍ਰੈਸ਼ਰ ਕਿ ਮੋਡਰੇਟ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਉੱਤੇ ਅਸੀਂ ਉਸ ਨੂੰ ਈਜ਼ੀਲੀ ਲਿਕੁਈਫਾਈ ਕਰ ਸਕਦੇ ਹੋਈਏ ਇਟ ਸ਼ੁੱਡ ਹੈਵ ਹਾਈ ਲੇਟੈਂਟ ਹੀਟ ਵੈਲਿਊ ਕਿ ਉਸਦੀ ਲੇਟੈਂਟ ਹੀਟ ਦੀ ਵੈਲਿਊ ਕਾਫੀ ਜ਼ਿਆਦਾ ਹਾਈ ਹੋਣੀ ਚਾਹੀਦੀ ਹੈ ਇਟ ਸ਼ੁੱਡ ਬੀ ਸੇਫ ਟੂ ਹੈਂਡਲ ਈਜ਼ੀ ਟੂ ਡਿਟੈਕਟ ਦਾ ਲੀਕੇਜ ਕਿ ਉਸਨੂੰ ਹੈਂਡਲ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਈਜ਼ੀ ਹੋਣਾ ਚਾਹੀਦਾ ਹੈ ਈਜ਼ੀ ਟੂ ਡਿਟੈਕਟ ਦਾ ਲੀਕੇਜ ਕਿ ਉਸਦੀ ਅਗਰ ਸਿਸਟਮ ਦੇ ਵਿੱਚੋਂ ਲੀਕੇਜ ਹੁੰਦੀ ਹੈ ਤਾਂ ਉਸ ਲੀਕੇਜ ਨੂੰ ਅਸੀਂ ਈਜ਼ੀਲੀ ਡਿਟੈਕਟ ਕਰ ਸਕੀਏ ਕੁਛ ਇਸ ਤਰ੍ਹਾਂ ਦੀ ਉਹਦੀ ਪ੍ਰੋਪਰਟੀ ਹੋਣੀ ਚਾਹੀਦੀ ਹੈ ਇਟ ਸ਼ੁੱਡ ਬੀ ਨੋਨ ਪੋਇਜ਼ਨਸ ਔਰ ਨੋਨ ਟੋਕਸਿਕ ਉਹ ਸਾਡੇ ਕੋਲ ਨੋਨ ਟੋਕਸਿਕ ਜਾਂ ਨੋਨ ਪੋਇਜ਼ਨਸ ਹੋਣਾ ਚਾਹੀਦਾ ਹੈ ਇਟ ਸ਼ੁੱਡ ਬੀ ਨੋਨ ਐਕਸਪਲੋਜ਼ਿਵ ਨੋਨ ਫਲੇਮੇਬਲ ਕਿ ਉਹ ਸਾਡੇ ਕੋਲ ਨੋਨ ਐਕਸਪਲੋਜ਼ਿਵ ਹੋਣਾ ਚਾਹੀਦਾ ਹੈ ਫਟਣਾ ਨਹੀਂ ਚਾਹੀਦਾ ਕਿ ਸਪੋਜ਼ ਕਿਸੇ ਸਿਸਟਮ ਦੇ ਅੰਦਰ ਅਸੀਂ ਜਦੋਂ ਵਰਕਿੰਗ ਕਰਵਾ ਰਹੇ ਹਾਂ ਤਾਂ ਉਹ ਸਿਸਟਮ ਦੇ ਅੰਦਰ ਅਚਾਨਕ ਤੋਂ ਮੰਨ ਲਓ ਕੋਈ ਗੜਬੜ ਹੋ ਜਾਵੇ ਕੋਈ ਸਿਸਟਮ ਦਾ ਟੈਂਪਰੇਚਰ ਵੱਧ ਜਾਵੇ ਇਹ ਨਾ ਹੋਵੇ ਕਿ ਉਹ ਬਿਲਕੁਲ ਫਟ ਜਾਵੇ ਬੰਬ ਦਾ ਰੂਪ ਲੈ ਲਵੇ ਨੋਨ ਫਲੇਮੇਬਲ ਹੋਣਾ ਚਾਹੀਦਾ ਹੈ ਉਸ ਨੂੰ ਈਜ਼ੀਲੀ ਅੱਗ ਨਹੀਂ ਲੱਗਣੀ ਚਾਹੀਦੀ ਜਲਨਸ਼ੀਲ ਨਹੀਂ ਹੋਣਾ ਚਾਹੀਦਾ ਇਟ ਸ਼ੁੱਡ ਬੀ ਨੋਨ ਕਰੋਜ਼ਿਵ ਟੂ ਮੈਟਲਸ ਕਿ ਉਹ ਮੈਟਲਸ ਨੂੰ ਨੋਨ ਕਰੋਜ਼ਿਵ ਇਫੈਕਟ ਦੇਣ ਵਾਲਾ ਹੋਵੇ ਇਟ ਸ਼ੁੱਡ ਬੀ ਵੈਲ ਮਿਕਸੇਬਲ ਵਿਦ ਆਇਲ ਕਿ ਜੋ ਅਸੀਂ ਸਿਸਟਮ ਦੇ ਅੰਦਰ ਲੂਬਰੀਕੇਟਿੰਗ ਆਇਲ ਯੂਜ਼ ਕਰਾਂਗੇ ਉਸ ਲੂਬਰੀਕੇਟਿੰਗ ਆਇਲ ਦੇ ਨਾਲ ਈਜ਼ੀਲੀ ਮਿਕਸੇਬਲ ਹੋਣਾ ਚਾਹੀਦਾ ਹੈ ਇਟਸ ਕੋਸਟ ਸ਼ੁੱਡ ਬੀ ਲੋ ਐਂਡ ਈਜ਼ੀਲੀ ਅਵੇਲੇਬਲ ਕਿ ਉਸਦੀ ਜੋ ਕੋਸਟ ਹੈ ਇਨੀਸ਼ੀਅਲ ਕੋਸਟ ਹੈ ਜੋ ਉਹਦੀ ਪਰਚੇਜ਼ਿੰਗ ਕੋਸਟ ਹੋਏਗੀ ਉਹ ਘੱਟ ਹੋਣੀ ਚਾਹੀਦੀ ਹੈ ਤਾਂ ਉਹ ਈਜ਼ੀਲੀ ਸਾਨੂੰ ਅਵੇਲੇਬਲ ਵੀ ਹੋਣਾ ਚਾਹੀਦਾ ਹੈ ਇਹ ਨਹੀਂ ਆ ਕਿ ਅਸੀਂ ਕੁਝ ਰੈਫਰੀਜਰੈਂਟ ਚੂਜ਼ ਕਰ ਲਿਆ ਔਰ ਸਾਨੂੰ ਈਜ਼ੀਲੀ ਉਹ ਅਵੇਲੇਬਲ ਹੀ ਨਹੀਂ ਹੈ ਕਿਤੋਂ ਦੂਰੋਂ ਮੰਗਵਾਉਣਾ ਪੈ ਰਿਹਾ ਜਿਹਦੇ ਕਰਕੇ ਉਹਦੀ ਇਨੀਸ਼ੀਅਲ ਕੋਸਟ ਵੱਧ ਜਾਵੇ ਇਟ ਸ਼ੁੱਡ ਬੀ ਏਬਲ ਟੂ ਵਿਦਸਟੈਂਡ ਓਪਰੇਟਿੰਗ ਟੈਂਪਰੇਚਰ ਐਂਡ ਪ੍ਰੈਸ਼ਰ ਕਿ ਉਹਦੀ ਕੁਝ ਪ੍ਰੋਪਰਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿੰਨੇ ਵੀ ਸਾਡੇ ਕੋਲ ਓਪਰੇਟਿੰਗ ਟੈਂਪਰੇਚਰ ਅਤੇ ਪ੍ਰੈਸ਼ਰ ਚੇਂਜਿਸ ਹੋਣ ਉਹਨਾਂ ਨੂੰ ਈਜ਼ੀਲੀ ਉਹ ਵਿਦਸਟੈਂਡ ਕਰ ਸਕੇ ਇਟ ਸ਼ੁੱਡ ਹੈਵ ਨੋ ਇਫੈਕਟ ਔਨ ਕਲਰ ਟੇਸਟ ਨਿਊਟ੍ਰੀਸ਼ੀਅਸ ਵੈਲਿਊ ਆਫ ਦਾ ਫੂਡ ਸਟੱਫ ਐਂਡ ਡਰਿੰਕਿੰਗ ਵਾਟਰ ਕਿ ਜਿਸ ਸਿਸਟਮ ਦੇ ਅੰਦਰ ਅਸੀਂ ਫੂਡ ਸਟੱਫ ਰੱਖਿਆ ਹੋਵੇ ਡਰਿੰਕਿੰਗ ਵਾਟਰ ਰੱਖਿਆ ਹੋਵੇ ਉਸਦੇ ਕਲਰ ਦੇ ਉੱਤੇ ਉਸਦੇ ਟੇਸਟ ਦੇ ਉੱਤੇ ਨਿਊਟ੍ਰੀਸ਼ੀਅਨ ਵੈਲਿਊ ਦੇ ਉੱਤੇ ਉਸ ਰੈਫਰੀਜਰੈਂਟ ਦਾ ਕੋਈ ਵੀ ਇਫੈਕਟ ਨਹੀਂ ਹੋਣਾ ਚਾਹੀਦਾ ਇਟ ਸ਼ੁੱਡ ਬੀ ਏਬਲ ਟੂ ਮੇਕ ਦਾ ਡਿਫਰੈਂਸ ਬਿਟਵੀਨ ਇਵੈਪੋਰੇਟਿੰਗ ਐਂਡ ਕੰਡੈਂਸਿੰਗ ਪ੍ਰੈਸ਼ਰ ਸਮਾਲ ਕਿ ਉਹਦੀ ਪ੍ਰੋਪਰਟੀ ਕੁਛ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਦੋਂ ਸਾਡੇ ਕੋਲ ਇਵੈਪੋਰੇਟਿੰਗ ਅਤੇ ਕੰਡੈਂਸਿੰਗ ਪ੍ਰੈਸ਼ਰ ਦੇ ਵਿੱਚ ਜੋ ਡਿਫਰੈਂਸ ਕ੍ਰੀਏਟ ਹੋਊਗਾ ਉਹ ਘੱਟ ਤੋਂ ਘੱਟ ਕ੍ਰੀਏਟ ਕਰਨ ਦੇ ਲਈ ਹੈਲਪ ਕਰੇ ਇਟਸ ਥਰਮਲ ਕੰਡਕਟੀਵਿਟੀ ਸ਼ੁੱਡ ਬੀ ਮੋਰ ਉਸਦੀ ਜੋ ਥਰਮਲ ਕੰਡਕਟੀਵਿਟੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਇਟ ਸ਼ੁੱਡ ਹੈਵ ਲੋ ਵਿਸਕੋਸਟੀ ਫੋਰ ਅ ਹਾਈ ਹੀਟ ਟ੍ਰਾਂਸਫਰ ਕੋਫੀਸ਼ੀਐਂਟ ਕਿ ਇਸਦੀ ਜੋ ਵਿਸਕੋਸਟੀ ਹੈ ਉਹ ਘੱਟ ਹੋਣੀ ਚਾਹੀਦੀ ਹੈ ਫੋਰ ਅ ਹਾਈ ਹੀਟ ਟ੍ਰਾਂਸਫਰ ਕੋਫੀਸ਼ੀਐਂਟ ਕਿ ਉਸਦਾ ਜੋ ਹੀਟ ਟ੍ਰਾਂਸਫਰ ਕੋਫੀਸ਼ੀਐਂਟ ਹੈ ਉਹ ਅਗਰ ਹਾਈ ਹੋਵੇ ਤਾਂ ਵਿਸਕੋਸਟੀ ਲੋ ਹੀ ਰਹਿਣੀ ਚਾਹੀਦੀ ਹੈ ਇਹਦਾ ਇਹ ਮਤਲਬ ਇਟ ਸ਼ੁੱਡ ਹੈਵ ਲੋ ਕ੍ਰਿਟੀਕਲ ਪ੍ਰੈਸ਼ਰ ਟੂ ਹੈਵ ਲੋ ਕੰਡੈਂਸਿੰਗ ਪ੍ਰੈਸ਼ਰ ਕਿ ਉਸਦਾ ਜੋ ਕ੍ਰਿਟੀਕਲ ਪ੍ਰੈਸ਼ਰ ਹੈ ਉਹ ਵੀ ਘੱਟ ਹੋਣਾ ਚਾਹੀਦਾ ਜਿਸ ਦੇ ਕਰਕੇ ਜੋ ਸਾਡਾ ਕੰਡੈਂਸਿੰਗ ਪ੍ਰੈਸ਼ਰ ਹੈ ਉਹ ਵੀ ਘੱਟ ਹੋ ਸਕੇ ਨੈਕਸਟ ਇਟ ਸ਼ੁੱਡ ਬੀ ਏਬਲ ਟੂ ਓਪਰੇਟ ਔਨ ਪੋਜ਼ਿਟਿਵ ਪ੍ਰੈਸ਼ਰ ਕਿ ਉਹ ਪੋਜ਼ਿਟਿਵ ਪ੍ਰੈਸ਼ਰ ਦੇ ਉੱਤੇ ਕੰਮ ਕਰਨ ਦੇ ਲਈ ਵੀ ਸੂਟੇਬਲ ਹੋਣਾ ਚਾਹੀਦਾ ਇਟ ਸ਼ੁੱਡ ਹੈਵ ਹਾਈ ਰਜਿਸਟੈਂਸ ਟੂ ਇਲੈਕਟ੍ਰੀਸਿਟੀ ਟੂ ਪ੍ਰਵੈਂਟ ਇਲੈਕਟ੍ਰਿਕ ਸ਼ੋਕਸ ਕਿ ਉਹ ਆਪਣੇ ਕੋਲ ਇਲੈਕਟ੍ਰਿਕ ਰਜਿਸਟਿਵ ਵੀ ਹੋਣਾ ਚਾਹੀਦਾ ਜਿਸ ਕਰਕੇ ਸਾਡੇ ਕੋਲ ਸਿਸਟਮ ਦੇ ਅੰਦਰ ਕਿਸੇ ਤਰ੍ਹਾਂ ਦਾ ਸ਼ੋਰਟ ਸਰਕਟਿੰਗ ਅਗਰ ਹੋ ਜਾਂਦਾ ਤਾਂ ਇਲੈਕਟ੍ਰਿਕ ਸ਼ੋਕਸ ਤੋਂ ਅਸੀਂ ਬਚ ਸਕੀਏ
सो इस दे नाल ही असी कुछ कंपैरिजन कर सकते हैं कि एक आइडियल रेफ्रिजरेंट दियां की प्रॉपर्टीज हो सकदियां ने, तां आपां उन्हां नूं कंपेयर करके किस तरह का रेफ्रिजरेंट असी चूज कर रहे हैं, किस तरह के सिस्टम के लिए वो ईजीली असी सिलेक्ट कर सकते हैं। सो इहदे नाल ही मेरा ये टॉपिक कंप्लीट है। होपफुली तुहानूं ये टॉपिक समझ आया होगा चंगी तरह से। अगर किसी तरह की कोई खामी रह गई हो जरूर कमेंट करके दस्यो। ओके जी, थैंक यू वेरी मच, सत श्री अकाल जी।